بسم اللہ الرحمن الرحیم، الحمدللہ رب العالمین، الرحمن الرحیم، مالک یوم الدین، ایک نعبد و ایک نستعین، اہدنا الصراط المستقیم، صراط الذین انعمت علیہم غیر المغضوب علیہم ولا الضالین. بسم اللہ، قل هو اللہ احد، اللہ الصمد، لم یلد ولم یولد ولم یکن له کفوا احد. بسم اللہ الرحمن الرحیم، قل هو اللہ احد، اللہ الصمد، لم یلد ولم یولد ولم یکن له کفوا احد. بسم اللہ الرحمن الرحیم، صلی علی محمد، آل محمد، و اجل فرج آل محمد، باواز بلند صلوات. دعائے وارث کائنات تورے تورے قبول فرماوے. میاں صاحبان دا پرخلوص ہے تمام بارواں شہنشاہ اپنی بارگاہ قبول فرماوے. حسین بادشاہ تو کسدا سلامت رکھے. اللہ حسین بادشاہ دے صدقے تو اکو ساکو کہن دا محتاج نہ کرے. جو مومن مومنات بیمار ان مالک شفا دے وے. مرحومین دے اللہ پاک درجات بلند فرماوے. ای آستان کو مالک تا قائم قیامت تباد و شاد رکھے. سلوات پڑھو، میں ذکر پاک شروع کراں. نہیں اچھی سلوات پڑھو بابا سارے. اعوذ باللہ السمیع العلیم من الشیطان اللعین الرجیم. بسم اللہ الرحمن الرحیم. الحمد للہ رب العالمین، الصلاۃ والسلام علی اشرف الانبیاء والمرسلین، صلوات وعلی اخیہ ووزیرہ وخلیفتہ وابن امه امیر المؤمنین، بلانت الصلوات. وعلى سیدة الجلیلة المخدومة المقدسة طاہرة المطہرة عالمة العاملة صدیقة الکبرى المدفونة سرا جدا دفن ہوئی کھلی ہوئی رات آئی. میں بسم اللہ، کیا بات ہے، میں بسم اللہ. بابے دا شہر آئے وقت دے ترائی ماں میری سین دے جنازے نال آئے جی لو رو کیا دی یاری میرا جنا لا راتی چاوے. شالا بس دے رہو بھائی. اے علی میری قبر دا نشان ایک نہ بناوے. اے علی میری قبر دا پہرا دیوے. اے علی منت ناوے ہر رات میرا حسین میری قبر تے گھناوے. فرمین محمد دی دی وجہ کے علی یا علی اج تے نہیں مین دسایا اج پئی دسے نہیں میں بہو زخمی ہاں. شالا بس دے رہو بھائی.
ਤਕਾਜ਼ਾ ਬਸਰੀਅਤ ਤੇ ਬੰਦਾ ਥੱਕ ਜਾਂਦਾ। ਹੁਸੈਨਾ ਨੇ ਮੇਰੀ ਕਬਰ ਦੇ ਸੱਜੇ ਸਮਾਵੇ, ਮੇਰੇ ਜ਼ਖਮਾਂ ਦਾ ਇਲਾਜ ਦਾ ਨਾਂ ਹੈ ਹੁਸੈਨ। ਵਾਹ 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 ਵਾਹ, ਮੈਂ ਬਿਸਮਿਲ੍ਲਾ ਕਰਾਂ। ਏ ਆਲੀ ਮਿੰਨਤ ਨਾਵੇ ਮੇਰੇ ਬਾਦ ਦੀ, ਤੂੰ ਘਰ ਥੋੜਾ ਆਵੇ ਪਰ ਮੈਨੂੰ ਨਬੀ ਦੀ ਧੀ ਦੀ ਕੇ ਵਜੇ ਆਈ ਤੁਸਾਂ ਦੇ ਉਵੇਂ ਹੁੰਦੀਆਂ ਮੇਰੀ ਕੰਡ ਦਾ ਓਲਾ ਕਰ ਬੰਦੀ। ਏ ਆਲੀ ਤੁਸਾਂ ਵੇ ਮੈਂ ਕੋਈ ਨਹੀਂ ਆਉਣਾ, ਮੇਰੀ ਧੀਨ ਸ਼ਰਮ ਬਹੁਆਂ ਦੀ ਏ। ਜਲਾਲਪੁਰ ਵਾਲੇ ਸੈਯਦਾਂ ਤੁਰਤ ਸਵਾਲ ਕਰੇ ਨਾ ਜਵਾਬ ਲੈ, ਉਹ ਜਿਹੜੀ 5 ਸਾਲ ਦੀ ਉਮਰ ਆਪਣੀ ਪਾਕ ਹਵੇਲੀ ਖਰੀ ਜੇ ਬਾਬੇ ਦੇ ਸਾਹਮਣੇ ਨਹੀਂ ਆਉਂਦੀ। ਮਿੰਬਰ ਦੀ ਜ਼ਾਦੀ ਕਸਮੇ ਉਹ ਬੀਬੀ ਆਈ ਬਾਜ਼ਾਰ ਦਾ ਮਾਹੌਲ 90,000 ਬੇਹਯਾ ਖੰਬਦ ਕਰਕੇ ਸਲਵਾਤ ਬੇਣੀ ਦਾ ਮਾਣ ਸਲਾਮਤ ਰਹੇ ਕਰ ਸਕਦਾ ਸਾਲਾ ਵਸਦੇ ਰਹੋ ਪਾਕ ਬੀਬੀ ਅਜਾ ਦੇਵਣ ਘਰ ਮਿਲਣ ਸੇਵਾ ਲੈ ਕੈਦੀਆਂ ਵਾਲੇ ਜਿਵੇਂ ਪਾਵਣੇ ਸਮਝਾਈਏ। ਸੋਹਣੇ ਰੋਂਦੇ ਸੋਹਣੇ ਜਿਹੜੀ ਆਦੀ ਖੜੀਏ ਬਾਬੇ ਦੇ ਸਾਹਮਣੇ ਥੋੜਾ ਆਉਂਦੀ ਨਹੀਂ, ਜਗੂ ਆਖੇ ਸੁਦਾ ਨਾ ਆਕਾਸ਼ ਹੈ। ਘਰ ਮਿਲਣ ਸੇਵਾ ਲੈ ਕੈਦੀਆਂ ਵਾਲੇ ਥੱਕ ਪਏ ਉਸ, ਮੈਂ ਫਿਰ ਪੜ ਲੈਣਾ। ਕਲ ਮਿਲਣ ਨਸੀਬਾ ਰੇ ਕੈਦੀਆਂ ਵਾਲੇ ਜਿਵੇਂ ਪਾਵਣੇ ਬੀਬੀ ਕਿਵੇਂ ਬੋਲਣੇ ਲਾਲ ਸ਼ਰਾਬੀਆਂ ਦੇ ਉਵੇਂ ਬੋਲ ਕੇ ਵੀ ਯਾਰ ਕੀ ਬਾਤ ਹੈ ਤੁਹਾਡੀ। ਦਸਾਈ ਵਨ ਕਿਵੇਂ ਵਿੱਚ ਬਾਜ਼ਾ ਜੇ ਤੁਰਨਾ ਹੈ ਅੱਲਾਹ ਤੋਂ ਵਸਤਾ ਰੱਖੇ। ਬਹੁਤ ਸੋਹਣੀ ਤੁਸਾਂ ਮੁਕਾਨ ਦਿੱਤੀ, ਯਕੀਨਨ ਸੁਬਹ ਦਾ ਜ਼ਿਕਰ ਸ਼ੁਰੂ ਹੋ ਸੀ, ਰੋ ਰੋ ਤੁਸਾਂ ਥੱਕ ਪਏ ਹੋ। ਬਾਈ ਸਫੀਰ ਅੱਬਾਸ, ਕਾਫੀ ਮੁੱਦਤ ਬਾਅਦ ਮੈਂ ਅੱਜ ਇੱਕ ਸ਼ੇਰ ਕਸੀਦੇ ਦਾ ਪੜ੍ਹਦਾ ਬਾਬਾ ਜੀ, ਉਹਦੇ ਬਾਅਦ ਜਿਤਨਾ ਅਕਸੋ ਮੈਂ ਸਾਹਿਬ ਪੜ ਸਕ ਸਲਵਾਤ ਇੱਕ ਰਲ ਕੇ ਪੜ੍ਹੋ ਭਾਈ। ਚਲ ਉੱਠ ਜਾਓ
ਮੇਰੇ ਸੋਹਣੀ ਕਾਫੀ ਉਹਨਾਂ ਕੀ ਹਾਣ ਨਹੀਂ, ਪਰ ਪੜ੍ਹ ਲੈਂਦੇ ਅੱਲਾ ਕਰੇ ਸੀ ਯਾਦ ਆਵੇ ਸੀ। ਸਲਵਾਤ ਯਾਰ ਉੱਚੀ ਪੜ੍ਹੋ ਕਸੀਦੇ ਵਾਲੀ, ਵਤੀ ਤਕਲੀਫ ਕਰੋ ਸਲਵਾਤ ਪੜ੍ਹੋ। ਅਜ਼ੀਮ ਇਬਾਦਤ ਏ ਸਲਵਾਤ ਬਾਵਾਜ਼ ਬੁਲੰਦ ਪੜ੍ਹੋ। ਆਰਿਫ ਬਣ ਮਨ ਛੋੜ ਜੀ ਹਾਲਤ ਸ਼ਾਨ ਨਹੀਂ ਖਜਣਾ ਹੈ ਡਰ ਦਾ। ਆਰਿਫ ਬਣ ਮਨ ਛੋੜ ਜੀ ਹਾਲਤ ਸ਼ਾਨ ਨਹੀਂ ਖਜਣਾ ਹੈ ਡਰ ਦਾ। ਇੱਕ ਸ਼ੇਰ ਬਾਰੇ ਸਵਰ ਸ਼ਾਹ ਖੜੇ ਮੈਂ ਇਹਦਾ ਮਾਨਾ ਦੱਸਿਆ ਉਹ ਕਵਾਈ ਦੱਸਣ ਇਹਦਾ ਮਾਨਾ ਥੀਂਦਾ ਹੈ ਬੰਦੇ ਦਾ ਬੱਚਾ ਬਣ ਅਲੀ ਕੋ ਹੱਕ ਦਾ ਇਮਾਮ ਮਨ ਸ਼ਾਨ ਨਹੀਂ ਘਟਣਾ ਜ਼ਾਹਿਰ ਹੋਇਆ ਏਜਾਜ਼ ਜਲੀਦਾ ਜ਼ਾਹਿਰ ਹੋਇਆ ਏਜਾਜ਼ ਜਲੀਦਾ ਇਲਮਨ ਦੇ ਬਾਬ ਦੇ ਕਾਣ ਦੀਵਾਰੇ ਹਸਤਰ ਬੋਲੀਏ ਆਓ ਸਰਦਾਰੇ ਹਸਤਰ ਬੋਲੀਏ ਆਓ ਸਰਦਾਰੇ ਹਸਤਰ ਬੋਲੀਏ ਆਓ ਸਰਦਾਰੇ ਤੇਰਾ ਰਜਬ ਕੁਲ ਬੈਤੁੱਲਾ ਵਿੱਚ ਤੇਰਾ ਰਜਬ ਕੁਲ ਬੈਤੁੱਲਾ ਵਿੱਚ ਬੇਦੀ ਸਦ ਗਈ ਅਜ਼ਮਤ ਵਧ ਗਈ ਬਣ ਇੱਕ ਹੱਦ ਗਈ ਕਬ ਆਥੀ ਮਸਜੂਦਗੀ ਜੱਡਾ ਹੋ ਗਿਆ ਜਮਣਾ ਹੈਦਰ ਦਾ ਬੈਠੇ ਹੋ। ਸਲਵਾਤ ਦੀ ਕੁੱਚੀ ਪੜ੍ਹੋ ਬਾਈ ਸਾਰੇ ਅਰਸੇ ਬਾਦ ਯਾਰੀ ਕੁੱਚੀ ਸਲਵਾਤ ਪੜ੍ਹੋ ਸਾਰੇ ਅੱਜ ਬੰਦ ਦੀ ਜੋਗ ਦਾ ਪੜ੍ਹਦੇ ਹਾਂ ਸਫੀਰ ਅੱਬਾਸ ਕਸੀਦਾ ਵੀ ਆਉਂਦਾ ਨਹੀਂ ਕਈ ਨਹੀਂ ਵੀ ਆਉਂਦਾ ਸਲਵਾਤ ਬਾਈ ਪੜ੍ਹੋ ਸਾਰੇ ਬੰਦ ਸੁਣਾਣਾ ਤੇ ਜੋਗ ਦਾ ਬਹੁਤ ਔਖੀ ਯਾਤਰੀ ਹੁਣ ਮੈਨੂੰ ਲਿਖੋ ਸਹੀ ਹਾਂ
ਸਾਰੀ ਕਿਸਮਤ ਸ਼ਾਨ ਹੀ ਟੁਰ ਗਏ। ਅੱਲਾ ਕਰੇ ਸੀ ਵਾਲਾ ਸੀ ਜਾਣ ਦੇ ਬਿਨਾਂ ਹਰ ਸ਼ਾਇ ਜ਼ਿੰਦਗੀ ਦਾ ਪਤਾ ਨਹੀਂ। ਵਾਹ 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 ਵੱਤ ਪੜਾ ਮੈਲਾ ਚੋਲਾ ਇੱਕ ਬੰਦ ਗਿਆ ਪਹਿਲੇ ਪੰਜ ਸੱਤ ਦੀ ਥੈਨ ਸੱਚ ਮੈਂ ਇੱਥੇ ਇੱਕ ਮਜਲਿਸ ਪੜ੍ਹ ਕੇ ਗਿਆ ਜਿੱਥੇ ਮੈਂ ਮਜ਼ਮੂਨ ਛੱਡਾ ਆਈ ਉੱਥੋਂ ਸ਼ੁਰੂ ਕਰਨ ਲੱਗਾ। ਭਾਈ ਸਫੀਰ ਗਾਲਿਬਨ ਤੁਸੀਂ ਹਾਵੇ ਮਜਲਿਸ ਵਿੱਚ ਮੈਂ ਆਖਾ ਹੀ ਅਲੀ ਦੀਆਂ ਧੀਆਂ ਵੀ ਸਫ਼ਰ ਬਸ ਅੱਠ ਹਿਜਰੀ
ਦੀਗਰ ਦੇ ਵੇਲੇ ਅਕਬਰ ਦੀ ਨਗਰੀ 'ਚ ਲਹਿ ਪਈ। ਮੈਂ ਬਿਸਮਿਲ੍ਲਾ ਖਰਾ ਜਾਬਿਰ ਇਤਲਾਹ ਦਿੱਤੀ ਸਰਕਾਰੇ ਵਫਾ ਕੋ, ਬੀਬੀ ਆਦੀ ਮੇਰਾ ਨਾਂ ਉਮੁਲ ਮਸਾਹਿਬ ਹੈ, ਇੱਥੇ ਹੀ ਮੈਂ ਛੋੜੀ ਆਈ ਮਜਲਿਸ ਜਿਹੜੇ ਹਾਵੇ। ਸਰਕਾਰੇ ਵਫਾ ਫਰਮਾਇਆ ਜਾਬਿਰ ਜਲਦੀ ਵਾਂਗ ਉਕਵਾ ਖਮਾ ਉਹਦੀ ਇੱਜ਼ਤ ਦਾ ਵਾਸਤਾ ਹੀ ਨਾ ਲਏ, ਆਪਣੀ ਸਵਾਰੀ ਵਾਲਾ ਉੱਠ ਮੇਰੀ ਖਬਰ 'ਤੇ ਆ ਬੁਲਾ। ਮੈਂ ਕਬਰ ਤੋਂ ਬਹਿਰਾਂ ਦਾ ਅਤੇ ਖੁਆਬ ਲਹੇ ਸਾਂ। ਬੜੇ ਸੋਹਣੇ ਸੋਹਣੇ ਅਜ਼ਾਦਾਰ ਮੇਰੇ ਸਾਹਮਣੇ ਤਸ਼ਰੀਫ ਫਰਮਾਓ। ਜਾਬਿਰ ਦੇ ਆਵਣ ਤੋਂ ਪਹਿਲੇ ਸਫੀਰ ਬਾਈ ਲਹਿ ਪਈ। ਬੇਣੀ ਵਾਲੇ ਸਿਰਫ ਲੱਥੀ ਨਹੀਂ ਲੈ ਕੇ ਟੁਰ ਪਈ। ਚੰਦ ਕਦਮਾਂ 'ਤੇ ਗਈ ਰੁਕ ਗਈ, ਸਿਰਫ ਰੁਕੀ ਨਹੀਂ ਬਹਿ ਗਈ। ਜਨਾਬ ਸਜਾ ਦਾ ਦਿਨ ਥੱਕ ਪਈ, ਆਦੀ ਨਹੀਂ ਹੁਣ ਥੱਕਦੀ ਨਾ ਟੁਰਨ ਦੀ ਡਾ ਆਉਂਦੀ ਏ, ਗਰੀਬ ਆਦੇ ਬੈਠੀ ਕਿਉਂ ਏ, ਆਦੀ ਮਸ਼ਵਰਾ ਦੇ ਪਹਿਲੇ ਮਿਲਾਂ ਕਹਿ ਕੋ। ਵਾਹ 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 ਹੁਸੈਨ ਕੋ ਮਿਲਾਂ, ਅਲਮਹਾਲ ਕੁਵਨ ਮਿਲਾਂ, ਪਤਾ ਮੈਂ ਸ਼ਬੀਰ ਤੋਂ ਵੰਨਾਂ ਅਤੇ ਗਾਜ਼ੀ ਆਖੇ ਮੈਂ ਕੋ ਬੇਗਾਨੀ ਦਾ ਸਮਝਸ, ਮੈਂ ਕਿਉਂ ਗਿੱਲਾ ਕਰਾਂ ਤੇਰਾ, ਤੂੰ ਸੁਬਹ ਦਾ ਰੋਵਣ ਲੱਗੇ ਓਲੇ ਅੱਬਾਸ ਦੀ ਮਜ਼ਾਰ ਹਲਈਏ ਕਬਰ ਚਵਾਦ ਯੇ ਕਾਇ ਆਖੇ ਮੈਂ ਤੇਰਾ ਫਿਰਾ ਹਾਂ। ਵੰਨ ਆਪਣੇ ਫਿਰਾ ਕੋ ਵੰਨ ਮਿਲ, ਸ਼ਹੀਦ ਆਜ਼ਮ ਦੀ ਮਜ਼ਾਰ 'ਤੇ ਆਈ ਸਜਾਤ ਕਬਰ 'ਤੇ ਰੱਖ ਕੇ ਦੀਏ ਕਈ ਬਾਈ ਸ਼ਾਮ ਹੋਵੀ ਤਾਂ ਭੈਣੀ ਵੱਲ ਆਈ ਨੀ। ਬਿਸਮਿਲ੍ਲਾ ਕਰਾਂ ਚਾਚਾ ਬਿਸਮਿਲ੍ਲਾ ਕਰਾਂ। ਪਰ ਜਨਾਬ ਸਜਾਤ ਅਤੇ ਮੁਹੰਮਦ ਬਾਕਿਰ ਦਾ ਹੱਥ ਨੱਪ ਕੇ ਬਿਰਾ ਦੀ ਮਜ਼ਾਰ 'ਤੇ ਰੱਖ ਕੇ ਦੀਏ ਆਪਣੀ ਅਮਾਨ ਸੰਭਾਲ, ਜਿਹੜੇ ਸਵਾਰ ਬੈਠੇ ਉਹ ਕਰਬਲਾ ਦੇ। ਦੂਜਾ ਸਲਾਮ ਹੈ ਸਰਕਾਰ ਵਫਾ ਦਾ, ਤੁਰਨ ਦੀ ਤਰਤੀਬ ਏ ਅੱਗੇ ਮੁਹੰਮਦ ਬਾਕਿਰ, ਪਿੱਛੇ ਅਲੀ ਹੁਸੈਨ ਉਲ ਆਬਦੀਨ, ਪਿੱਛੇ 12 ਬੀਬੀਆਂ। ਹਾਏ ਹੁਸੈਨ ਵਾਹ ਹਿਜਾਬਾ, ਹਾਏ ਮਾਸੂਮਾਂ ਦੇ ਮਾਤਮ ਕਰਦੀਆਂ, ਪਾਸੇ ਕਬਰ ਅਬਾਸ ਤੋਂ ਅਲੀ ਦੀਆਂ ਧੀਆਂ ਟੁਰੀਆਂ। ਬਹੁ ਰੋ ਪਏ ਬਹੁ ਲਫਜ਼ਾਂ ਦੇ ਕਦਰਦਾਨ ਹੋ, ਮੈਂ ਕੋ ਅੱਜ ਤੁਹਾਡੇ 'ਚ ਆਇਆ ਨਾ, 15 ਕਦਮ ਸੈਯਦਾਦਾ ਸਰਕਾਰ ਵਫਾ ਦੀ ਮਜ਼ਾਰ ਦੂਰ ਆਈ, ਆਲੀ ਹੁਸੈਨ 12 ਦੇ ਕੋ ਹੱਥ ਵਧੇ ਨਾ। ਮੈਂ ਤੁਹਾਡੀ ਮਿਹਨਤ ਕਰੇ ਦੀ ਆ ਮੇਰੇ ਅੱਬਾਸ ਕੋ ਸ਼ਾਮ ਦੇ ਹਾਲ ਨਾ ਨਿਵਾਏ, ਸ਼ਾਲਾ ਵਸਦੇ ਰਹੋ ਭਾਈ ਮੇਰਾ ਗੈਰਤਮੰਦ ਬਿਰਾ ਹੋਏ। ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ। ਅੱਲਾ ਗਵਾਏ ਸਭ ਤੋਂ ਪਹਿਲੇ ਇਮਾਮ ਮੁਹੰਮਦ ਬਾਕਿਰ ਵਤ ਅਲੀ ਹੁਸੈਨ ਉਲ ਆਬਦੀਨ ਪਾਤਸ਼ਾਹ ਅੱਬਾਸ ਕੋਲ ਆਏ, ਸ਼ਾਮ ਦੇ ਕੈਦੀਆਂ ਦਾ ਸਲਾਮ ਹੋਵੀ, ਸਰਕਾਰ ਵਫਾ ਦੀ ਮਜ਼ਾਰ ਹੱਲੀ ਆਬਿਦ ਵੱਲ ਹੈ। ਹਾਂ ਚਾਚਾ ਤੇ ਮੈਂ ਕੋ ਸ਼ਾਮ ਦੇ ਹਾਲ ਲੈਨੇ ਕਬਰ ਕੁਹਾਨ ਨਾਲ ਲਾ ਕੇ ਦੇ ਹਾਲ ਬਾਅਦ ਵਿੱਚ ਦੇ ਸਾਂ, ਕਬਰ ਛੋੜ ਬਹਿਰ ਆ ਸੁਜਾਣ ਇਹਨਾਂ ਬਾਹਰਾਂ ਚੋਂ ਆਲੀ ਅਕੇੜੀਏ। ਵਾਹ 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 ਵਾਹ। ਮੈਂ ਬਿਸਮਿਲ੍ਲਾ ਕਰਾਂ ਵੀ ਸਫ਼ਰ ਕੋ ਸਫੀਰ ਅੱਬਾਸ ਆਈ ਕਰਬਲਾ, 21 ਕਰਬਲਾ, 22 ਕਰਬਲਾ, 23 ਕਰਬਲਾ, 24 ਕਰਬਲਾ, 25 ਕਰਬਲਾ, 26 ਕਰਬਲਾ, 27 ਕਰਬਲਾ। ਰੋਵਣ ਦੇ ਲਾ ਦਾ ਇੱਕ ਲਫ਼ਜ਼ ਆਦਾਂ, 7-8 ਦੀ ਕਰਬਲਾ ਰਹਿਣ ਦੇ ਬਾਵਜੂਦ ਆਉਣ ਮੁਹੰਮਦ ਦੀਆਂ ਕਬਰਾਂ 'ਤੇ ਨਹੀਂ ਗਈ ਬੀਬੀ। ਮੈਂ ਸਦਕੇ ਥੀ ਵਾ ਬਾਦਸ਼ਾਹ ਫਰਮਾਇਆ ਆਲੀਆ ਵੰਜ ਬੱਚੜਾਂ ਦੀਆਂ ਕਬਰਾਂ 'ਤੇ ਆਦੀ ਹੈ, ਮੈਂ ਸਦਕਾ ਕੀਤਾ।
ਸਤਾਵੀ ਸਫ਼ਰ ਹੈ ਦੀਗਰ ਢਲ ਗਈ। ਰਾਤ ਰੋਵਣ ਵਾਲੇ ਪੁੱਤਰ ਕੋ ਸੱਡੇ ਸੁਰੇ ਆ ਹਾਂ ਨਾ ਲੈਸ ਦਾੜੀ ਚੁਮਕੇ ਆਦੀ ਉੱਠ ਬਹਾ ਸਭ ਕੁ ਸਵਾਰ ਕਰ ਗਰੀਬ ਆਦੇ ਅੱਗੇ ਤਾਂ ਹਾਵੀ ਤਾਂ ਕਰ ਭਲਾ ਉਹਦੀ ਹੁਣ ਕਿਨਵੇਂ ਦੀ। ਰਤ ਭਰੀ ਪੁੱਤਰ ਦੀ ਦਾੜੀ ਚੁਮਕਿਆ ਦੀ ਉਹ ਕਹਿੰਦੀ ਕੁਝ ਨਹੀਂ ਲੱਗਦੀ ਜੇ ਕੁੱਟੁਰ ਦੇ ਉੱਠ ਤੋਂ ਲਹਾਇਆ ਆਵੇ ਮਰਜ਼ੀ ਹਾਲੇ ਬਾਈ ਤੂੰ ਜਾਣਦਾ ਇਮਾਮੇ ਮੇਰੀ ਕਬਰ ਬਣਨੀ ਹੈ ਸ਼ਾਮ ਇੱਕ ਚੇਲਮ ਕਰਨਾ ਦੂਜਾ ਧੀ ਕੁਮਿਲਣਾ ਮੈਂ ਤਾਂ ਕਰਬਲਾ ਮਦੀਨੇ ਵੈਸਾਂ ਵਤਸ਼ਾਮ ਬਲਸਾਂ ਮਾਤਮੀਆਂ ਉੱਠ ਬਹਿ ਗਏ ਬੀਬੀਆਂ ਸਵਾਰ ਬਜ਼ੁਰਗਾਂ ਯਾਰਾਂ ਸਵਾਰ ਥਈਨ ਬਾਰਵੀਂ ਬੈਠੀ ਹੁਸੈਨ ਦੀ ਕਬਰ ਦੇ ਪਵਾਂਦੀ ਤੂੰ ਮੇਰੇ 'ਤੇ ਸਵਾਲ ਕਰ ਹੇ ਕੌਣ ਅਸ ਕਰਦੀ ਮਾਂ ਹੈ ਬੜੀ ਮੁਕਾਣ ਹੋ ਸੀ ਮੈਂ ਕੋਈ ਬੱਚਾ ਉਠਕਣਾ ਤੂੰ ਬੇਪਰਵਾਹੀ ਬੈਠਾ ਕਰੇਂਦੇ ਸ਼ਹੀਦ ਆਜ਼ਮ ਦੀ ਮਜ਼ਾਰ ਕੁਹਾਨ ਨਾਲ ਲਾ ਕੇ ਦੀਆਂ ਪਈਆਂ ਵੰਜੇ ਕਹਿੰਦਾ ਨਾਨਕਾ ਸ਼ਹਿਰ ਮਦੀਨਾ ਕਹਿੰਦਾ ਡਾਡਕਾ ਸ਼ਹਿਰ ਮਦੀਨਾ ਮੇਰਾ ਕਿਹੜਾ ਸੰਗ ਹੈ ਮਦੀਨੇ ਨਾਲ ਜੋ ਮੈਂ ਵੰਜਾ ਵਾਹ 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 ਯਾਰ ਮੇਰੇ ਹਿੱਸੇ ਦੇ ਆਸੂ ਆ ਗਏ ਜਨਾਬ ਸੈਯਦਾ ਤੁਹਾਨੂੰ ਬਸਤਾ ਰੱਖੇ ਸੋਹਣੇ ਸੋਹਣੇ ਰੋਣ ਵਾਲੇ ਮਾਤਮੀ ਮੇਰੇ ਸਾਹਮਣੇ ਬੈਠੇ ਹੋ ਆਲੀ ਹਸੈਨ ਅਲੀ ਜ਼ੈਨ ਉਲ ਆਬਦੀਨ ਬਜ਼ੁਰਗੋਂ ਸੱਲੇ ਦਾੜੀ ਚੁਮਕਿਆ ਮਹਾਰੀ ਜੀ ਅੰਮਾ ਮੈਂ ਸ਼ਾਮ ਖਾ ਗਈ ਹੈ ਤੂੰ ਜਾਣਦੇ ਹਾਂ ਅੰਮਾ ਜੈਲ ਮੈਂ ਸਾਹਮਣੇ ਬਹਿੰਦੀ ਹਾਂ ਨਾ ਤੇਰੀ ਮਾਂ ਦੇ ਦੁੱਖੇ ਦੁੱਖੇ ਕਰੇਂਦੀ ਹੈ ਵੈਣ ਮੈਂ ਹੁਣ ਤੇਰੀ ਮਾਂ ਦੇ ਵਹਿਣ ਬਰਦਾਸ਼ਤ ਨਹੀਂ ਕਰਦੀ ਉਹ ਬੈਠੀ ਆਈ ਪਿਓ ਦੀ ਬਾਜ਼ਾਰ ਵੰਜ ਆਪਣੀ ਮਾਂ ਕੋ ਤਾਕਤ ਇਮਾਮਤ ਨਾਲ ਉਠਾ ਮੈਂ ਰੋਟੀ ਖਾਏ ਬਾਈ ਜਨਾਬ ਸਜਾਦ ਸਾਹਮਣੇ ਆਖੜਨ ਇਹ ਬੀਬੀ ਬੈਠੀ ਹੈ ਸਾਹਮਣੇ ਆਖੜੇ ਅੰਮਾ ਜਾਨ ਮੇਰਾ ਸਲਾਮ ਸਰ ਚਾ ਕੇ ਦੀ ਜ਼ਿੰਦਗੀ ਦਰਾਜ਼ ਹੋਵੇ ਮੇਰੇ ਨਕ ਸਲਾਮ ਬਾਬਾ ਜੀ ਹੁਣ ਨਾਲ ਬਹਿ ਗਏ ਮਾਂ ਦਾ ਸੱਜਾ ਹੱਥ ਚੁੰਮੈਸ ਵੱਧ ਖੱਬਾ ਚੁੰਮ ਕੇ ਫਰਮਾਇਸ ਅੰਮਾ ਤੁਸਾਂ ਮਾਂ ਮਲਿਕ ਨਹੀਂ ਬੈਠੇ ਬੀਬੀ ਆਦੀ ਨਹੀਂ ਸਜਾ ਦਾਦਾ ਤੁਸਾਂ ਮਦੀਨੇ ਨਾ ਜੁਲਸੋ ਅਸਗਰ ਦੀ ਮਾਂ ਆਦੀ ਨਹੀਂ ਕਦਰ ਕਰੇ ਆਂਦੀ 23 ਮਾਰਚ ਤੱਕ ਲਫ਼ਜ਼ ਯਾਦ ਰਾਵੇ ਤਾਂ ਸੈਦ ਕੋ ਦੁਆ ਕਰੇ ਮਾਂ ਦੇ ਗੱਲ ਬਈ ਪਾ ਕੇ ਚਾਦਰ ਚੁੰਮ ਕੇ ਆਦੇ ਤੇ ਤੁਸਾਂ ਕਿਹੜੇ ਪਾਸੇ ਵੈਸੋ ਸਜਾ ਦੀ ਰੱਤ ਭਰੀ ਡਾੜੀ ਚੁੰਮ ਕੇ ਆਦੀ ਇਮਾਮ ਏ ਤੂੰ ਦੱਸਾ ਮੇਰਾ ਕੋਈ ਪਾਸਾ ਰਹਿ ਗਏ ਮੈਂ ਇੱਥੇ ਹੀ ਰੱਖਾਂ ਤੇਰੇ ਬਾਬੇ ਦੀ ਮਜ਼ਾਰ ਤੇਰਾ ਸਾਂ ਅੰਮਾ ਇਹ ਜੰਗਲ ਨਹੀਂ ਇਹ ਬਣ ਗਈ ਹੈ ਜੰਨਤ ਦੂਰ ਦੂਰ ਤੂੰ ਆਸਨ ਬਾਬੇ ਦੇ ਜ਼ਾਹਿਰ ਤੂੰ ਇਹ ਬਤੂਲ ਦੀ ਨੂੰ ਮਰਜ਼ੀਆਂ ਵਾਲੇ ਵੇ ਤੜਪ ਕੇ ਉੱਠੀਏ ਗੱਲ ਬਾਈ ਪਾ ਕੇ ਦੀ ਨਾ ਬੇਫਿਕਰ ਹੋ ਕੇ ਠੁਰਵਣ ਮੈਂ ਕਹਿ ਕੁ ਨਾ ਦੱਸੇ ਸਾਂ ਜੋ ਮੈਂ ਬਤੂਲ ਦੀ ਨੂੰ ਹਾਂ ਅਤੇ ਅੰਮਾ ਤੁਹਾਡੇ ਕੋਲ ਜੋ ਲੋਕ ਤਾਰੋ ਪੁੱਛੇ ਤੁਸਾਂ ਕੀ ਆਖਸੋ ਮੈਂ ਆਖਸਾਂ ਮੈਂ ਸੈਦਾਂ ਦੀ ਕਨੀਜ਼ ਹਾਂ ਮੈਂ ਕੁਛ ਸਜਾਦ ਰਹਾ ਗਏ ਮੈਂ ਅਕਬਰ ਦੇ ਬਾਬੇ ਦੀ ਕਬਰ 'ਤੇ ਬਹੁ ਕਰ ਦਿੰਦੀ ਹਾਂ ਯਾਰ ਤੂੰ 1400 ਸਾਲ ਬਾਅਦ ਮੈਂ ਗੁਨਾਹਗਾਰ ਦੀ ਜ਼ੁਬਾਨੀ ਸੁਣ ਕੇ ਰੁਨੈ ਸਜਾਦ ਮਾਂ ਦੀਆਂ ਗੱਲਾਂ 'ਤੇ ਨਰੁਨੇ ਹੋ ਸਨ ਰਾਤ ਵੱਧ ਗਈ ਹੈ ਸਜਾਦ ਪਿਉ ਦੀ ਮਜ਼ਾਰ 'ਤੇ ਰੱਖਿਆ ਤੇ ਮੇਰੀ ਮਾਂ ਏ ਹੁਕਮ ਦੀ ਜਾਹ ਨਹੀਂ ਆਖੋ ਨਾ ਮੇਰੀ ਅੰਮਾ ਕੋ ਮੇਰੀਆਂ ਫੁੱਫੀਆਂ ਥੱਕ ਪਈਆਂ ਸ਼ਹੀਦ ਆਜ਼ਮ ਦੀ ਮਜ਼ਾਰ ਹਲ ਗਈ ਅਸਗਰ ਦੀ ਮਾਂ ਅੱਗੇ ਸ਼ਾਮੀਆਂ ਥੋੜ੍ਹਾ ਰੁਆਏ